ਸਾਹੀ ਭਾਰਤ ਦੇ ਗਗਨਿਆਨ ਮਿਸ਼ਨ ਦੇ ਵਿੱਚ ਕਾਮਯਾਬੀ ਜਿਹੜੀ ਉਹ ਭਾਰਤ ਨੂੰ ਮਿਲੀ ਹੈ ਤੇ ਅੰਤਰਿਕਸ਼ ਤੇ ਵਿੱਚ ਭਾਰਤ ਨੇ ਫਿਰ ਇਤਿਹਾਸ ਰਚਦਾ ਹੈ ਗਗਨਿਆਨ ਮਿਸ਼ਨ ਦੇ ਟੈਸਟ ਵਹੀਕਲ ਦੀ ਸਫਲ ਲਾਂਚਿੰਗ ਸੋ ਜੀ ਗੱਲ ਕਰਦੇ ਆਂ ਚੰ드ਰੀਅਨ 3 ਮਿਸ਼ਨ ਦੀ ਸਫਲਤਾ ਤੇ ਅਦਿੱਤ્ય L1 ਦੇ ਪਰਸ਼ਿਕਸ਼ਨ ਤੋਂ ਬਾਅਦ ਭਾਰਤੀ ਅੰਤਰਿਕਸ਼ ਅਨੁਸੰਧਾਨ ਸੰਗਠਨ ISRO ਆਈਐਸਰੋ ਅੰਤਰਿਕਸ਼ ਯਾਤਰੀਆਂ ਨੂੰ ਅੰਤਰਿਕਸ਼ ਤੇ ਵਿੱਚ ਭੇਜਣ ਦੇ ਭਾਰਤ ਦੇ ਜਿਹੜੀ ਮਹੱਤਵਕਾਂਖੀ ਮਿਸ਼ਨ ਗਗਨਯਾਨ ਮਿਸ਼ਨ ਦਾ ਟੈਸਟ ਵਾਹਨ ਦੀ ਸਫਲ ਲਾਂਚਿੰਗ ਹੋ ਗਈ ਹੈ ਮਿਸ਼ਨ ਦੇ ਟੈਸਟ ਵਾਹਨ ਦੀ ਅੱਜ ਲਾਂਚਿੰਗ ਹੋਈ ਜਿਹਨੂੰ ਜਿਹੜਾ ਤਕਨੀਕੀ ਕਾਰਨਾਂ ਦੀ ਵਜ੍ਹਾ ਨਾਲ ਟਾਲ ਦਿੱਤਾ ਗਿਆ ਸੀ ਤੇ ਭਵਿੱਖ ਦੇ ਵਿੱਚ ਮਾਨਵ ਅੰਤਰਿਕਸ਼ ਕਾਰਜਕ੍ਰਮਾਂ ਨੂੰ ਦੇਖਦੇ ਹੋਏ ਅੰਤਰਿਕਸ਼ ਯਾਤਰੀਆਂ ਦੀ ਸੁਰੱਖਿਆ ਦਾ ਪ੍ਰੀਖਣ ਕਰਨ ਦੇ ਲਈ ਇਸ ਮਾਨਵ ਰਹਿਤ ਉਡਾਨ ਪ੍ਰੀਖਣ ਦਾ ਸਫਲ ਰਹਿਣਾ ਵੀ ਵੱਡੀ ਖਬਰ ਇਸਰੋ ਨੇ ਟੈਸਟ ਵਾਹਨ ਆਰਬਰਟ ਮਿਸ਼ਨ 1 TV D1 ਦੇ ਜਰੀਏ ਪਹਿਲੇ ਕਰੂ ਮੋਡਿਊਲ ਦਾ ਜਿਹੜਾ ਉਹ ਪਰਿਕਸ਼ਨ ਕੀਤਾ ਤੇ ਇਹ ਬੜੀ ਚੰਗੀ ਗੱਲ ਕਿ ਲਾਂਚਿੰਗ ਤੋਂ ਲੈਂਡਿੰਗ ਤੱਕ ਸਭ ਜਿਹੜਾ ਉਹ ਸਫਲ ਰਿਹਾ ਇਸਰੋ ਪ੍ਰਮੁੱਖ ਐਸ ਸੋਮਨਾਥ ਨੇ ਲਾਂਚਿੰਗ ਤੋਂ ਬਾਅਦ ਕਿਹਾ ਕਿ ਮੈਨੂੰ TVD1 ਮਿਸ਼ਨ ਦੀ ਸਫਲ ਉਪਲਬਧੀ ਦੀ ਘੋਸ਼ਣਾ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਮਿਸ਼ਨ ਦਾ ਉਦੇਸ਼ ਇੱਕ ਪ੍ਰੀਖਣ ਵਾਹਨ ਪ੍ਰਦਰਸ਼ਨ ਦੇ ਮਾਧਿਅਮ ਦੇ ਨਾਲ ਗਗਨਿਆਨ ਕਾਰਜਕ੍ਰਮ ਦੇ ਲਈ ਚਾਲਕ ਦਲ ਦੀ ਸਫਲ ਲੈਂਡਿੰਗ ਦਾ ਪ੍ਰਦਰਸ਼ਨ ਕਰਨਾ ਸੀਗਾ। ਸੋਮਨਾਥ ਨੇ ਕਿਹਾ ਕਿ ਪੂਰਾ ਟੈਸਟ ਸਫਲ ਹੋਇਆ ਤੇ ਲਾਂਚਿੰਗ ਤੋਂ ਲੈਂਡਿੰਗ ਤੱਕ। ਸੋ ਜੀ ਇਹ ਹੋਈ ਸੀਗੀ ਜਿਹੜੀ TVD1 ਜਿਹੜੀ ਅ ਇਹਦੀ ਲਾਂਚਿੰਗ ਹੋਈ ਸੀਗੀ ਤੇ ਇਹ ਬਹੁਤ ਜ਼ਰੂਰੀ ਸੀਗਾ ਤੇ ਪਹਿਲਾਂ ਇੰਜਨ ਇਗਨੀਸ਼ਨ ਨਾ ਹੋਣ ਦੇ ਚਲਦੇ ਟੈਸਟ ਮੋਡਿਊਲ ਦੀ ਲਾਂਚਿੰਗ ਜਿਹੜੀ ਉਹ ਟਾਲੀ ਗਈ ਸੀ ਤੇ ਹੁਣ ਇਹ ਜਿਹੜਾ ਉਹ ਸਫਲ ਹੋ ਗਿਆ ਸੋ ਮੈਂ ਤੁਹਾਨੂੰ ਦੱਸ ਦਵਾਂ ਕਿ ਇਸ ਮਿਸ਼ਨ ਦੇ ਵਿੱਚ ਭਾਰਤ ਬੰਦੇ ਜਿਹੜੇ ਆ ਉਹ ਭੇਜੇਗਾ ਤੇ ਇਹ ਬਹੁਤ ਜ਼ਰੂਰੀ ਆ ਸਪੇਸ ਦੇ ਵਿੱਚ ਇਹਦੇ ਨਾਲ ਹੀ ਬੰਦੇ ਜਾਣੇ ਆ ਸੋ ਬਹੁਤ ਵੱਡੀ ਜੀ ਉਪਲਬਧੀ ਆ ਤੇ ਬਹੁਤ ਚੰਗੀ ਗੱਲ ਆ ਈਸਰੋ ਨੇ ਇਹ ਕਰਕੇ ਦਿਖਾਇਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਹੁਤ ਸਾਰੇ ਮਿਸ਼ਨ ਜਿਹੜੇ ਇਹਦੇ ਨਾਲ ਜੁੜੇ ਹੋਏ ਉਹ ਆਉਣਗੇ ਫਿਲਹਾਲ ਇਹ ਵੀ ਇੱਕ ਬਹੁਤ ਵੱਡੀ ਉਪਲਬਧੀ ਆ ਬਾਕੀ ਜੀ ਖੁਸ਼ ਰਹੋ ਤੇ ਜ਼ਿੰਦਾ ਰਹੋ